ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹੁਣ ਅਸੀਂ ਪਹੁੰਚ ਚੁੱਕੇ ਹਾਂ ਅੰਮ੍ਰਿਤਸਰ ਰੇਲਵੇ ਜੰਕਸ਼ਨ ਦੇ ਉੱਤੇ, ਅਤੇ ਆਹ ਵਾਲੀ ਸਾਡੀ ਟ੍ਰੇਨ ਹੈ ਜੀ, ਸੱਚਖੰਡ ਐਕਸਪ੍ਰੈਸ। ਅਤੇ ਤਕਰੀਬਨ 8:15 ਹੋ ਚੁੱਕੇ ਨੇ। ਹਨੇਰਾ ਵੀ ਕਾਫੀ ਹੋ ਚੁੱਕੇ ਹੈ ਜੀ, ਕਾਫੀ ਲੰਬਾ ਸਫ਼ਰ ਸੀ ਅਤੇ ਕਾਫੀ ਥਕਾਵਟ ਮਹਿਸੂਸ ਹੋ ਰਹੀ ਹੈ। ਹੁਣ ਅਸੀਂ ਸਾਰਿਆਂ ਨੂੰ ਪਹਿਲਾਂ ਜਾਵਾਂਗੇ ਜੀ ਦਰਬਾਰ ਸਾਹਿਬ, ਅਤੇ ਸਾਰਿਆਂ ਨੂੰ ਪਹਿਲਾਂ ਅਸੀਂ ਕਮਰਾ ਦੇਖਾਂਗੇ। ਇਹ ਜੀ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ। ਕਾਫੀ ਹਨੇਰਾ ਹੋ ਚੁੱਕਿਆ ਸੀ, ਤੁਹਾਨੂੰ ਪ੍ਰੋਪਰਲੀ ਤਾਂ ਨਹੀਂ ਕੁਛ ਦਿਖਾ ਪਾ ਰਹੇ ਹੈਗੇ ਕਿਉਂਕਿ ਕਾਫੀ ਹਨੇਰਾ ਪਿਆ, ਮੀਂਹ ਵੀ ਕਾਫੀ ਪੈ ਰਿਹਾ। ਦੇਖ ਕਾਫੀ ਲੋਕ ਇਸ ਰੇਲਵੇ ਸਟੇਸ਼ਨ ਦੇ ਉੱਤੇ ਹਮੇਸ਼ਾ ਇੰਨੀ ਭੀੜ ਰਹਿੰਦੀ ਹੈ, ਅਤੇ ਇਸ ਤਰਫ ਕਾਫੀ ਲੋਕ ਖੜ੍ਹੇ ਨੇ, ਲਾਈਨਾਂ ਖੜ੍ਹੇ ਨੇ ਤਾਂ ਜੋ ਇਹ ਉਡੀਕ ਕਰ ਰਹੇ ਨੇ ਹਰਿਮੰਦਰ ਸਾਹਿਬ ਵਾਲੀ ਬੱਸ ਦੀ। ਅਤੇ ਇੱਥੇ ਦਰਬਾਰ ਸਾਹਿਬ ਦੀ ਫ੍ਰੀ ਵਾਲੀ ਬੱਸ ਸਰਵਿਸ ਇੱਥੋਂ ਸੰਗਤਾਂ ਨੂੰ ਲੈ ਕੇ ਜਾਂਦੀ ਹੈ। ਜੀ ਅਸੀਂ ਪਹੁੰਚ ਚੁੱਕੇ ਹਾਂ ਦਰਬਾਰ ਸਾਹਿਬ ਵਾਲੇ ਰੋਡ ਦੇ ਉੱਤੇ, ਅਤੇ ਅਸੀਂ ਰਸਤੇ ਵਿੱਚ ਜੋ ਵੀ ਕੁਛ ਲੱਗਿਆ ਤੁਹਾਨੂੰ ਅਸੀਂ ਦਿਖਾਉਂਦੇ ਚੱਲਦੇ ਹਾਂ। ਕਾਫੀ ਵਧੀਆ ਲਾਈਟਿੰਗ ਸਿਸਟਮ ਬਹੁਤ ਵਧੀਆ ਲੱਗਿਆ ਹੋਇਆ ਇੱਥੇ, ਅਤੇ ਬਹੁਤ ਵਧੀਆ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕਰਕੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ, ਅਤੇ ਕਾਫੀ ਸਾਫ਼ ਸੁਥਰਾ। ਅਤੇ ਹੁਣ ਤਾਂ ਸਾਰੀਆਂ ਦੁਕਾਨਾਂ ਇੱਕੋ ਜਿਹੀਆਂ ਲੱਗਦੀਆਂ ਨੇ, ਬਹੁਤ ਭੁਲੇਖਾ ਪੈਂਦਾ ਜੀ। ਅਤੇ ਇੱਥੇ ਆ ਕੇ ਇੱਦਾਂ ਦੀ ਫੀਲਿੰਗ ਆਉਂਦੀ ਹੈ ਜਿਵੇਂ ਤੁਸੀਂ ਕਿਤੇ ਬਾਹਰਲੇ ਦੇਸ਼ ਵਿੱਚ ਆ ਗਏ ਹੋ। ਆ ਦੇਖੋ ਡਬਲ ਡੈਕਰ ਬੱਸ ਖੜ੍ਹੀ ਹੈ ਜੀ ਸਾਹਮਣੇ, ਇਹ ਜੀ ਕੋਈ ਵੱਡਾ ਹੋਟਲ ਹੈ ਅਤੇ ਲੋਕ ਰਹਿੰਦੇ ਨੇ ਯਾਤਰੀ, ਆਪਣਾ ਜਦੋਂ ਦਰਬਾਰ ਸਾਹਿਬ ਆਉਂਦੇ ਨੇ ਤਾਂ ਇੱਥੇ ਆ ਕੇ ਆਪਣਾ ਜੋ ਰੂਮ ਹੈ ਉਹ ਲੈ ਸਕਦੇ। ਇਹ ਬੱਸ ਹੈ ਜੀ ਡਬਲ ਡੈਕਰ ਬੱਸ ਹੈ ਜੀ ਇਹ। ਕਾਫੀ ਰਸ਼ ਹੈ, ਕਾਫੀ ਸੰਗਤ ਆਈ ਹੈ। ਦੇਖੋ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਇੱਕੋ ਜਿਹੀਆਂ ਹੀ ਲੱਗ ਰਹੀਆਂ ਨੇ, ਬਿਲਕੁਲ ਇੱਕੋ ਤਰ੍ਹਾਂ ਦੀ ਡੈਕੋਰੇਸ਼ਨ, ਇੱਕੋ ਤਰ੍ਹਾਂ ਦੇ ਜਿਹੜੇ ਬਾਹਰ ਨਾਮ ਲਿਖੇ ਹੋਏ ਨੇ ਸੇਮ। ਅਤੇ ਲਾਈਟਿੰਗ ਸਿਸਟਮ ਦੇਖੋ ਜੀ ਬੜਾ ਅਟਰੈਕਟਿਵ ਹੈ, ਜਿਹੜਾ ਕਿ ਆਉਣ ਜਾਣ ਵਾਲਿਆਂ ਨੂੰ ਬਹੁਤ ਵਧੀਆ ਲੱਗਦਾ। ਇਹ ਜਲ੍ਹਿਆਂਵਾਲਾ ਬਾਗ ਦੇ ਸਾਹਮਣੇ ਲੱਗੇ ਹੋਏ ਸਮਾਰਕ, ਉਹ ਸਾਹਮਣੇ ਹੈ ਜਲ੍ਹਿਆਂਵਾਲਾ ਬਾਗ ਜਿੱਥੇ ਖੂਨੀ ਕਾਂਡ ਹੋਇਆ ਸੀ। ਚਲੋ ਅਸੀਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਦਰਬਾਰ ਸਾਹਿਬ ਦਾ।
ਤੇ ਜੇ ਕੁਝ ਹੋਰ ਇੰਪੋਰਟੈਂਟ ਲੱਗਿਆ ਤਾਂ ਉਸਨੂੰ ਅਸੀਂ ਜ਼ਰੂਰ ਦਿਖਾਵਾਂਗੇ। ਵੈਸੇ ਤਾਂ ਹਰਿਮੰਦਰ ਸਾਹਿਬ ਵਿੱਚ ਸਾਰਾ ਕੁਛ ਇੰਪੋਰਟੈਂਟ ਹੈ। ਪ੍ਰਾਚੀਨ ਮੰਦਰ ਜੀ, ਸਾਹਮਣੇ ਦਰਬਾਰ ਸਾਹਿਬ ਹੈ ਜੀ। ਹਰ ਰੋਜ਼ ਲੱਖਾਂ ਦੀ ਤਾਦਾਦ ਵਿੱਚ ਇੱਥੇ ਸੰਗਤਾਂ ਆਉਂਦੀਆਂ ਨੇ ਜੀ ਨਤਮਸਤਕ ਹੋਣ। ਸਟਰੀਟ ਦੇ ਵਿੱਚ ਬੈਠੇ ਨੇ ਕੁਛ ਲੋਕ ਆਪਣਾ ਸਮਾਨ ਵੇਚਣ। ਗੁਰਦੁਆਰ ਆਓ, ਅਸੀਂ ਦਰਸ਼ਨ ਕਰੀਏ ਸ਼੍ਰੀ ਹਰਿਮੰਦਰ ਸਾਹਿਬ ਦੇ। ਆਓ ਚੱਲੀਏ। ਸਵੇਰ ਦੇ ਤਕਰੀਬਨ 2 ਵੱਜ ਚੁੱਕੇ ਨੇ ਜੀ, ਅਸੀਂ ਪਹੁੰਚ ਚੁੱਕੇ ਹਾਂ ਮੱਥਾ ਟੇਕਣ ਲਈ ਅਤੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ ਅਸੀਂ ਅੱਜ ਜੀ, ਅਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।
Oh.
Thank you.
ਵਾਲੀ